कैबिनेट मंत्री पंजाब लालचंद कटारूचक ने जिला प्रशासनिक कॉम्प्लेक्स मलिकपुर में जिले में विकास कार्य की समीक्षा और सरकार की योजनाओं को क्रियान्वित करने के लिए आज आम आदमी पार्टी के पदाधिकारियों और प्रशासनिक अधिकारियों के साथ एक अहम बैठक की। पठानकोट के डिप्टी कमिश्नर हरबीर सिंह ने आम आदमी पार्टी के पदाधिकारियों और प्रशासनिक अधिकारियों के बीच आयोजित बैठक की अध्यक्षता की। इस मौके पर बटाला के विधायक शहरी कलसी भी मौजूद रहे। इस मौके अपनी बात रखते हुए कैबिनेट मंत्री लालचंद कटारूचक ने कहा कि मुख्यमंत्री पंजाब भगवंत सिंह मान के कुशल नेतृत्व में पंजाब को रंग बिरंगा पंजाब बनाने के लिए लगातार प्रयास किए जा रहे हैं और सरकार द्वारा लोगों के आर्थिक सांस्कृतिक और सामाजिक मुद्दों का समाधान किया जा रहा है। पंजाब सरकार ने अपने 20 महीने के कार्यकाल में अहम फैसले लेकर इतिहास रचा है। उन्होंने इस मौके पर और क्या कुछ कहा, आइए सुनते हैं। आज जिला प्रशासन पठानकोट और असीं सब ने मिलके वख-वख डिपार्टमेंटां दे साडे ऑफिसर सवान जिहड़े मीटिंग च आए ने और साडे हलका इंचार्ज, साडे चेयरमैन, साडे आम आदमी पार्टी दे ब्लॉक प्रेजिडेंट ਸਾਰਿਆਂ ਨੇ ਬਹਿ ਕੇ ਅੱਜ ਇੱਕ ਮੀਟਿੰਗ ਕੀਤੀ ਆ। ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹ ਨਾਰਾ ਲਾ ਕੇ ਤੁਰੇ ਆ, ਕੰਸੈਪਟ ਲੈ ਕੇ ਤੁਰੇ ਆ। ਬੇਸਿਕਲੀ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਸਰਕਾਰ ਵੱਲੋਂ ਜਿਹੜੀਆਂ ਲੋਕਾਂ ਦੇ ਆਰਥਿਕ ਸਵਾਲ ਜਿਹੜੇ ਹੱਲ ਕੀਤੇ ਜਾ ਰਹੇ ਆ ਔਰ ਪੰਜਾਬ ਦੇ ਸੱਭਿਆਚਾਰਕ ਸਵਾਲ ਹੱਲ ਕੀਤੇ ਜਾ ਰਹੇ ਆ, ਪੰਜਾਬ ਦੇ ਸੋਸ਼ਲ ਮਸਲੇ ਜਿਹੜੇ ਹੱਲ ਕੀਤੇ ਜਾ ਰਹੇ ਆ। ਸੋ ਪੰਜਾਬ ਮਲਟੀ ਕਲਰ ਦੇ ਲੋਕ ਇੱਕ ਟਰੈਕ ਦੇ ਉੱਤੇ ਚੱਲ ਕੇ ਜਿਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਜੋ ਇਸ ਸਰਕਾਰ ਦੇ ਜਿਹੜੇ 20 ਮਹੀਨਿਆਂ ਦਾ ਸਮਾਂ ਆ, ਇਸ 20 ਮਹੀਨਿਆਂ ਦੇ ਦੌਰਾਨ ਜਿਹੜੇ ਕਾਜ ਪੰਜਾਬ ਦੀ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ 'ਚ ਆਰੰਭ ਕੀਤੇ ਆ, ਚਾਹੇ ਉਹ ਆਮ ਆਦਮੀ ਕਲੀਨਿਕ ਹੋਣ, ਚਾਹੇ 40,000 ਨੌਕਰੀਆਂ ਹੋਣ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਮਿਲੀਆਂ ਨੇ, ਬਿਲਕੁਲ ਮੈਰਿਟ 'ਤੇ ਮਿਲੀਆਂ ਨੇ, ਚਾਹੇ ਸਕੂਲ ਆਫ ਫੈਮਿਨਸ ਬਣ ਰਹੇ ਆ, ਜਾਂ ਅੱਜ ਜਿਹੜੇ ਉਹ ਵੱਖ-ਵੱਖ ਜਿਹੜੇ ਸੇਵਾਵਾਂ 1076 ਨੰਬਰ ਡਾਇਲ ਕਰਕੇ ਤੁਸੀਂ ਆਪਣਾ ਕੋਈ ਸਰਟੀਫਿਕੇਟ ਬਣਾ ਸਕਦੇ ਹੋ, ਘਰ ਬੈਠੇ ਬਣਾ ਸਕਦੇ ਹੋ, ਔਨਲਾਈਨ ਬਣਾ ਸਕਦੇ ਹੋ। ਸੋ ਬਹੁਤ ਵੱਡੇ ਇਤਿਹਾਸਿਕ ਅਤੇ ਸੈਂਟੀਫਿਕ ਫੈਸਲੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ 'ਚ ਸਰਕਾਰ ਨੇ ਕੀਤੇ ਆ। ਸੋ ਉਹਨਾਂ ਕੰਮਾਂ ਦਾ, ਉਹਨਾਂ ਫੈਸਲਿਆਂ ਦਾ, ਉਹਨਾਂ ਯੋਜਨਾਵਾਂ ਦਾ ਅੱਜ ਰਿਵਿਊ ਕਰਨ ਦੇ ਲਈ ਇੱਥੇ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਮੀਟਿੰਗ ਕੀਤੀ ਗਈ ਹੈ। ਸੋ ਬਹੁਤ ਫਰੂਟਫੁੱਲ ਮੀਟਿੰਗ ਜਿਹੜੀ ਰਹੀ ਹੈ। ਮਲਟੀ ਕਿਸਮ ਦੇ ਸਵਾਲ ਵੱਖ-ਵੱਖ ਇਲਾਕਿਆਂ ਦੇ ਵਿੱਚੋਂ, ਚਾਹੇ ਸਾਡੇ ਬਾਰਡਰ ਦਾ ਏਰੀਆ ਹੋਵੇ, ਚਾਹੇ ਸਾਡੇ ਕੰਢੀ ਦਾ ਏਰੀਆ, ਚਾਹੇ ਮੀਰਫਲ ਦਾ ਏਰੀਆ, ਚਾਹੇ ਸਾਡੇ ਹਰਿਆਲ ਦਾ ਏਰੀਆ ਜਾਂ ਪਠਾਨਕੋਟ ਸ਼ਹਿਰ ਦਾ ਏਰੀਆ, ਮਲਟੀ ਕਿਸਮ ਦੇ ਸਵਾਲ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸਾਡੇ ਵਰਕਰ ਸਵਾਨਾਂ ਨੇ ਉਹ ਮਤਲਬ ਪੁੱਟ ਕੀਤੇ ਆ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇਸ਼ੂ ਜਿਹੜੇ ਆ ਜਿਨ੍ਹਾਂ ਦਾ ਮੌਕੇ ਦੇ ਉੱਤੇ ਪ੍ਰਸ਼ਾਸਨ ਨੇ ਉਹਨੂੰ ਸ਼ਾਰਟ ਆਊਟ ਕੀਤਾ ਅਤੇ ਰਹਿੰਦੇ ਸਵਾਲਾਂ ਨੂੰ ਅਸੀਂ ਬੜੀ ਤੇਜ਼ੀ ਦੇ ਨਾਲ ਇਸ ਜ਼ਿਲ੍ਹੇ ਦੇ ਅੰਦਰ ਜਿਹੜੀ ਸਰਕਾਰ ਦੀਆਂ ਯੋਜਨਾਵਾਂ ਨੇ ਉਹਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਕੰਮ ਕਰਨ ਦੇ ਅੱਜ ਫੈਸਲੇ ਕੀਤੇ ਆ। ਸੋ ਮੈਨੂੰ ਲੱਗਦਾ ਕਿ ਜਿੱਥੇ ਬਾਕੀ ਕੰਮ ਚੱਲ ਰਹੇ ਆ ਉੱਥੇ ਆਉਣ ਵਾਲੇ ਦਿਨਾਂ 'ਚ 10 ਆਮ ਆਦਮੀ ਕਲੀਨਿਕ ਹੋਰ ਸਾਡੇ ਜ਼ਿਲ੍ਹੇ ਨੂੰ ਜਿਹੜੇ ਮਿਲੇ ਆ, ਜਿਨ੍ਹਾਂ ਦਾ ਕੰਮ ਚੱਲ ਰਿਹਾ, ਔਰ 27 ਆਂਗਣਵਾੜੀ ਸੈਂਟਰ ਜਿਹੜੇ ਲਗਭਗ 10-10 ਲੱਖ ਰੁਪਏ ਦੀ ਲਾਗਤ ਨਾਲ ਬਣਨਗੇ। ਜਿਹੜੇ ਆਂਗਣਵਾੜੀ ਸੈਂਟਰ ਨਾ ਕੇਵਲ ਬਿਲਡਿੰਗ ਹੋਏਗੀ ਬਲਕਿ ਜਿਹੜੇ ਛੋਟੇ ਸਾਡੇ ਫੁੱਲਾਂ ਵਰਗੇ ਬੱਚੇ ਉੱਥੇ ਆਉਂਦੇ ਆ ਉਹਨਾਂ ਨੂੰ ਇੱਕ ਵੱਖਰੀ ਕਿਸਮ ਦੀ ਉੱਥੇ ਮੈਂ ਕੋਈ ਆਪਣਾ ਪਲਾਂਟੇਸ਼ਨ ਹੋਏਗੀ, ਉਹਨਾਂ ਦੇ ਕੋਈ ਝੂਲੇ ਹੋਣਗੇ ਜਾਂ ਹੋਰ ਇਸ ਕਿਸਮ ਦਾ ਜਿਨ੍ਹਾਂ ਨੂੰ ਇੰਟਰਟੇਨਮੈਂਟ ਕਰਦੇ ਆ ਇਸ ਬਚਪਨ ਦੇ ਅੰਦਰ ਬੱਚੇ। ਸੋ ਬਹੁਤ ਹੀ ਖੂਬਸੂਰਤ ਮਤਲਬ ਜਿਹੜੇ ਆ ਉਹ 27 ਪਿੰਡਾਂ ਦੇ ਅੰਦਰ ਆਂਗਣਵਾੜੀ ਸੈਂਟਰ ਬਣ ਲਈ ਜਾ ਰਿਹਾ। ਸੋ
ਇੱਕ ਵੱਡੀ ਜਿਹੜੀ ਯੋਜਨਾ ਸੁਜਾਨਪੁਰ ਸ਼ਹਿਰ ਦੇ ਲਈ ਹੈ, ਜਿਹੜੀ ਪ੍ਰੋਸੈਸ ਦੇ ਵਿੱਚ ਹੈ, ਉਹ ਹੈਗਾ ਕਿ ਸੁਜਾਨਪੁਰ ਦੇ ਲੋਕਾਂ ਦੀ ਹਮੇਸ਼ਾ ਡਿਮਾਂਡ ਰਹੀ ਹੈ ਸੀਵਰੇਜ ਦੇ। ਸੋ ਸਾਨੂੰ ਖੁਸ਼ੀ ਹੈ ਵੀ ਉਹ ਕੰਮ ਪ੍ਰਗਤੀ ਦੇ ਉੱਤੇ ਚੱਲ ਰਿਹਾ, ਔਰ ਵਾਟਰ ਟ੍ਰੀਟਮੈਂਟ ਦਾ ਵੀ ਨਾਲ ਹੀ ਨੋਡ ਜੰਮ ਸਿੰਘ ਦੇ ਲੋਕਾਂ ਲਈ ਵੀ ਸੀਵਰੇਜ, ਮਤਲਬ ਜਿਹੜਾ ਵਾਟਰ ਟ੍ਰੀਟਮੈਂਟ ਦਾ ਕੰਮ ਉਹ ਪ੍ਰੋਸੈਸ 'ਚ ਹੈਗਾ। ਸੋ ਹਸਤਾ ਵਸਤਾ ਰਹੇ ਸਾਡਾ ਪੰਜਾਬ, ਸਾਡਾ ਜ਼ਿਲ੍ਹਾ, ਇਹਨੂੰ ਹੋਰ ਬਿਹਤਰ ਕਰੀਏ, ਇਹਦੇ ਲਈ ਸਾਡੇ ਸਭ ਦੀਆਂ ਜਿਹੜੀਆਂ ਉਹ ਇੱਛਾਵਾਂ ਨੇ। ਸੋ 2024 ਪਠਾਨਕੋਟ ਪੰਜਾਬ ਦੇ ਲੋਕਾਂ ਲਈ ਵਧੀਆ ਰਹੇ, ਇਹਦੇ ਸਾਡੀਆਂ ਖੁਆਇਸ਼ਾਂ ਵੀ ਨੇ। ਸੋ ਅੱਜ ਬਹੁਤ ਸ਼ਾਨਦਾਰ ਮੀਟਿੰਗ ਜਿਹੜੀ ਆ ਪਠਾਨਕੋਟ ਪ੍ਰਸ਼ਾਸਨ ਨਾਲ ਕੀਤੀ ਹੈ। ਮੇਰੇ ਨਾਲ ਸਾਡੇ DC ਡਿਊਟੀ ਕਮਿਸ਼ਨਰ ਸਰਦਾਰ ਹਰਵੀਰ ਸਿੰਘ ਜੀ, SSP ਦਲਜਿੰਦਰ ਢਿੱਲੋਂ ਜੀ, ਸੋ ਤਮਾਮ ਸਾਡੇ SDM ਮੈਡਮ ਨੇ, ਸਾਡੇ ਪੁਲਿਸ ਦੇ ਆਲਾ ਅਧਿਕਾਰੀ ਨੇ, ਸੋ ਵੱਖ ਵੱਖ ਮਹਿਕਮਿਆਂ ਦੇ ਜਿਹੜੇ ਆਲਾ ਅਫਸਰ ਨੇ, ਉਹਨਾਂ ਨੇ ਵੀ ਅੱਜ ਇੱਥੇ ਮੀਟਿੰਗ ਦੇ ਅੰਦਰ ਸ਼ਾਮਿਲ ਹੋਏ ਆ, ਔਰ ਦੋਨਾਂ ਪਾਸਿਆਂ ਤੋਂ ਚੰਗੀ ਮਤਲਬ ਜਿਹੜੀ ਉਹ ਮੈਂ ਸਮਝਦਾ ਵੀ ਕੋਆਰਡੀਨੇਸ਼ਨ ਉਹ ਡਿਵੈਲਪ ਹੋਈ ਆ, ਔਰ ਜਿਹਦਾ ਪਠਾਨਕੋਟ ਦੇ ਜਨਮਾਨਸ ਦੇ ਉੱਤੇ ਆਉਣ ਵਾਲੇ ਦਿਨਾਂ ਨੂੰ ਪਠਾਨਕੋਟ ਦੇ ਲੋਕਾਂ ਨੂੰ ਵੱਡਾ ਲਾਭ ਮਿਲੂਗਾ।